जी सर, सर एक डीजीपी सर ने ट्वीट किया हीरोइन वाला की मामला है थे किन्ने किलो फड़ गई है। लास्ट तकरीबन 20-25 दिन पहला असी एक जिहड़ा लुधियाने का बंदा फड़ के उहदे कोल 8 किलो हैरन बरामद कीती सी। उहदी लड़ी दे विच जिहड़ा एक मेन स्मगलर जिन्हें उस लड़के नूं पाकिस्तान भेज के सारी हैरन मंगवाई सी, मलकीत काली जिहड़ा फाजिलके का रहिण वाला आ, उहनूं असीं अरैसट कीता और उहदे कोलों रात नूं 9 किलो हैरन जिहड़ी आ बरामद हुई है। मलकीत काली जिहड़ा एक मेन बिग फिश नूं असीं इहनूं कहिंदे आ, ਇਹਨੇ ਕਾਫੀ ਦੇਰ ਦਾ ਸਮਗਲਿੰਗ ਦੇ ਵਿੱਚ ਇਨਵੋਲਵ ਆ ਔਰ ਇਹਦੇ ਪਾਕਿਸਤਾਨ ਦੇ ਵਿੱਚ ਕਾਫੀ ਲਿੰਕ ਨੇ ਜਿੱਥੋਂ ਇਹ ਹੈਰਨ ਮੰਗਾਉਂਦਾ ਆ ਔਰ ਅੱਗੇ ਉਹਨਾਂ ਲੜਕਿਆਂ ਨੂੰ ਜਿਹੜਾ ਨਾਲ ਅਟੈਚ ਕਰਦਾ ਹੈ ਜਿਹੜੇ ਚੰਗੇ ਸਵਿਮਰ ਨੇ ਤੇ ਪਹਿਲਾਂ ਉਹਨਾਂ ਦੇ ਉੱਤੇ ਕੋਈ ਕੇਸ ਰਜਿਸਟਰ ਨਹੀਂ ਹੈਗਾ ਔਰ ਜਿਹੜੇ ਪੈਸੇ ਵੀ ਬਾਹਰ ਭੇਜਦਾ ਉਹ ਵੀ ਹਵਾਲਾ ਦੇ ਥਰੂ ਭੇਜਦਾ। ਸੋ ਇਹ ਹੁਣ ਅਸੀਂ ਇਹਨੂੰ ਕੱਲ੍ਹ ਅਰੈਸਟ ਕਰਕੇ ਇਹਦੀ ਸਾਰੀ ਡਿਟੇਲ ਪੁੱਛਗਿੱਛ ਕਰਾਂਗੇ ਮਾਨਯੋਗ ਅਦਾਲਤ ਤੋਂ ਰਿਮਾਂਡ ਲੈ ਕੇ ਔਰ ਇਹਦੀ ਕੇਸ ਦੀ ਤਹਿ ਤੱਕ ਜਾਵਾਂਗੇ ਵੀ ਪਿੱਛੋਂ ਕਿੱਥੋਂ ਲੈ ਕੇ ਆਉਂਦਾ ਸੀ ਜੋ ਇਸ ਤਰ੍ਹਾਂ ਇਹਨੇ ਮੁੱਢਲੀ ਪੁੱਛਗਿੱਛ ਤੇ ਦੱਸਿਆ ਵੀ ਪਾਕਿਸਤਾਨ ਦਾ ਇੱਕ ਸਮਗਲਰ ਹੈਦਰ ਉਤੋਂ ਲੈ ਕੇ ਆਉਂਦਾ ਸੀ, ਅੱਗੇ ਕਿਹਦੇ ਕਿਨੂੰ ਇਹ ਵੇਚਦਾ ਸੀਗਾ। ਪਰ ਜਿਹੜੀ ਇਹ ਹੈਰਨ ਦੀ ਖੇਪ ਆਈ ਸੀ ਇਹਦੇ ਵਿੱਚ ਇਹਨੇ ਦੱਸਿਆ ਵੀ ਟੋਟਲ ਅਸੀਂ ਜਿਹੜੀ 50 ਕਿਲੋ ਦੇ ਕਰੀਬ ਅਸੀਂ ਇਹ ਖੇਪ ਮੰਗਾਈ ਸੀ ਜੋ ਕਿ ਅਸੀਂ 6 ਜਣੇ ਸੀ ਔਰ 8-8 ਕਿਲੋ ਦੇ ਕਰੀਬ ਵੰਡੀ ਸੀ। ਇਸ ਦੇ ਕੋਲ 9 ਕਿਲੋ ਔਰ ਇੱਕ ਜਿਹੜਾ ਅੱਗੇ ਫੜਨ ਵਾਲਾ ਬੰਦਾ ਹੈਗਾ ਉਹਦੇ ਵੀ 9 ਕਿਲੋ ਜਿਹੜੀ ਹੈਰਨ ਆ ਉਹ ਦਿੱਤੀ ਸੀਗੀ। ਇਹਦੇ ਵਿੱਚੋਂ ਅਸੀਂ ਟੋਟਲ 22 ਕਿਲੋ ਪਹਿਲਾਂ ਫੜ ਚੁੱਕੇ ਹਾਂ, 9 ਕਿਲੋ ਹੁਣ ਫੜ ਲਈ ਔਰ ਇੱਕ ਇਹਨਾਂ ਦਾ ਬੰਦਾ ਹੋਰ ਮਹਿਤਪੁਰ ਪਕੜਿਆ ਗਿਆ ਸੀ ਜਿਹਦੇ ਕੋਲੋਂ 1/2 ਕਿਲੋ ਬਰਾਮਦ ਹੋਈ ਸੀਗੀ। 31.5 ਕਿਲੋ ਅਸੀਂ ਹੈਰੋਇਨ ਜਿਹੜੀ ਰਿਕਵਰ ਕਰ ਚੁੱਕੇ ਹਾਂ, ਬਾਕੀ ਵੀ ਅਸੀਂ ਜਿਹੜੇ ਦੂਜੇ ਬੰਦੇ ਜਿਹੜੇ 2 ਵਾਂਟਡ ਨੇ ਉਹਨਾਂ ਨੂੰ ਜਲਦੀ ਅਰੈਸਟ ਕਰਕੇ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕੇਜ ਜਿਹੜੇ ਸਾਰੇ ਲੱਭ ਕੇ ਸਾਰੀ ਇਸ ਦੀ ਤਹਿ ਤੱਕ ਜਾਵਾਂਗੇ ਔਰ ਪੈਸੇ ਕਿਹੜੇ ਹਵਾਲੇ ਦੇ ਥਰੂ ਕਿਸ ਤਰ੍ਹਾਂ ਭੇਜਦਾ ਸੀਗਾ ਉਹ ਸਾਰਾ ਅਸੀਂ ਵਿਸਥਾਰ ਦੇ ਵਿੱਚ ਜਿਹੜੀ ਹੈ ਇਨਵੈਸਟੀਗੇਸ਼ਨ। ਟੋਟਲ ਕਿੰਨੀ ਕੁ ਹੁਣ ਜਿਹੜੀ ਹੀਰੋਇਨ ਜਿਹੜੀ ਇਹਨਾਂ ਦੇ ਕੋਲ ਇਹਦੇ ਵਿੱਚ ਟੋਟਲ ਜਿਹੜੀ 50 ਕਿਲੋ ਸੀਗੀ ਜਿਸ ਤਰ੍ਹਾਂ ਮੈਂ ਦੱਸਿਆ 50 ਕਿਲੋ ਦੇ ਵਿੱਚੋਂ ਅਸੀਂ 31.5 ਕਿਲੋ ਜਿਹੜੀ ਹੈ ਅਸੀਂ ਰਿਕਵਰ ਕਰ ਚੁੱਕੇ ਹਾਂ ਵਿੱਚ SSO ਸੀ ਅੰਮ੍ਰਿਤਸਰ ਅਤੇ ਜਲੰਧਰ ਰੂਰਲ ਪੁਲਿਸ, ਬਾਕੀ ਜਿਹੜੀ ਆ ਉਹ ਰਹਿੰਦੀ ਹੈ। ਅਤੇ ਕਿੰਨੇ ਜਣੇ ਨੂੰ ਅਰੈਸਟ ਕੀਤਾ ਗਿਆ ਅਤੇ ਕਿੰਨੇ ਫਰਾਰ ਚੱਲ ਰਹੇ? ਇਹਦੇ ਵਿੱਚ ਟੋਟਲ ਅਜੇ ਤੱਕ 4 ਜਣੇ ਅਰੈਸਟ ਕਰ ਚੁੱਕੇ ਹਾਂ ਅਸੀਂ, 2 ਬੰਦੇ ਜਿਹੜੇ ਸਾਨੂੰ ਅਜੇ ਸਟਿਲ ਮੰਗ ਰਹੇ। ਕੀ ਮਾਮਲਾ ਦਰਜ ਕੀਤਾ ਗਿਆ ਇਹਨਾਂ ਤੋਂ? ਇਹਦੇ ਵਿੱਚ ਅਸੀਂ ਗੁਰਾਇਆ ਥਾਣੇ ਦੇ ਵਿੱਚ ਮੁਕੱਦਮਾ ਨੰਬਰ 123 ਅੰਡਰ ਸੈਕਸ਼ਨ 21-88 ਜਿਹੜਾ ਰਜਿਸਟਰ ਕੀਤਾ। ਇੱਕ ਨਸ਼ਾ ਤਸਕਰਾਂ ਦੇ ਜਦੋਂ ਫੜੇ ਜਾਂਦੇ ਉਹਨਾਂ ਦੀ ਪ੍ਰੋਪਰਟੀ ਵੀ ਅਟੈਚ ਕੀਤੀ ਜਾਂਦੀ ਹੈ, ਇਹਨਾਂ ਦੀ ਵੀ ਕੋਈ ਇਸੇ ਤਰ੍ਹਾਂ ਦਾ ਕੀਤਾ ਜਾਵੇ? ਹਾਂ ਬਿਲਕੁਲ, ਜਿਹੜੇ ਕਮਰਸ਼ੀਅਲ ਕੁਆਂਟਿਟੀ ਦੀ ਜਿਹਨਾਂ ਤੋਂ ਫੜੀ ਜਾਂਦੀ ਹੈ ਨਾਲ ਦੀ ਨਾਲ ਹੀ ਅਸੀਂ ਇਹਨਾਂ ਦੀ ਪੁੱਛਗਿੱਛ 'ਚ ਲਿਆਉਂਦੇ ਹਾਂ ਔਰ ਅਗਲੇ ਕੁਛ ਦਿਨਾਂ ਵਿੱਚ ਹੀ ਜਿਹੜੀ ਇਹਨੇ ਪ੍ਰੋਪਰਟੀ ਬਣਾਈ ਹੋਊਗੀ ਉਹ ਚੈੱਕ ਕੀਤਾ ਜਾਏਗਾ ਵੀ ਪਹਿਲਾਂ ਅਟੈਚ ਹੋ ਚੁੱਕੀ ਹੈ, ਕਿਉਂਕਿ ਪੁਰਾਣੇ ਵੀ ਕੇਸ ਅਜੇ ਨਹੀਂ ਹੋਈ ਤਾਂ ਕਰਾਈ ਗਏ।